ਜਿਵੇਂ ਅੱਜ ਕੱਲ੍ਹ ਬੱਚੇ ਸੋਚਦੇ ਨੇ, ਕੋਈ ਕਹਿੰਦਾ ਜਿਵੇਂ ਕੋਈ ਇੰਜੀਨੀਅਰਿੰਗ ਕਰਨੀ ਹੈ, ਕੋਈ ਡਾਕਟਰ ਬਣਨਾ, ਕੋਈ ਟੀਚਰ ਆ, ਜਾਂ ਸੋਚਦਾ ਕੋਈ ਇੱਕ ਸਰਕਾਰੀ ਨੌਕਰੀ ਮਿਲ ਜਾਵੇ ਬਸ ਬਹੁਤ ਹੈ, ਕਿਵੇਂ ਮਨ ਦੇ ਵਿੱਚ ਵਿਚਾਰ ਆਇਆ ਕਿ ਇਸ ਫੀਲਡ ਦੇ ਵਿੱਚ ਜਾਣਾ ਅਤੇ ਇੱਥੇ ਤੱਕ ਪਹੁੰਚਣਾ? ਜੀ ਮੈਂ ਗ੍ਰੈਜੂਏਸ਼ਨ ਵਿੱਚ ਹੀ ਆਪਣੀ ਸੋਚਿਆ ਕਿ ਮੈਂ UPSC ਦਾ ਪੇਪਰ ਦੇਣਾ, ਅਤੇ ਉਸੇ ਵੇਲੇ ਹੀ ਮੈਂ ਆਪਣੀ ਤਿਆਰੀ ਵੀ ਸ਼ੁਰੂ ਕਰਤੀ ਸੀ। ਮੇਰੇ ਪੇਰੈਂਟਸ, ਮੰਮੀ ਪਾਪਾ ਦੋਨਾਂ ਨੇ ਮੈਨੂੰ ਬੜਾ ਸਪੋਰਟ ਕੀਤਾ। ਪਹਿਲੀ ਵਾਰ ਜਦੋਂ ਇਹਦਾ 2 ਪ੍ਰੋਸੈਸ ਇਹਦੇ ਕਲੀਅਰ ਹੋ ਗਏ ਸੀਗੇ, ਤਾਂ ਸਾਨੂੰ ਬੜਾ ਹੌਂਸਲਾ ਹੋ ਗਿਆ ਵੀ ਇਹ ਤਾਂ ਬਹੁਤ ਈਜ਼ੀ ਹੈਗਾ, ਵੀ ਇਹਨੂੰ ਤਾਂ ਮਿਲ ਹੀ ਜਾਵੇਗੀ ਅਚੀਵਮੈਂਟ। ਬਟ ਜਦੋਂ ਇਹਦਾ ਇੰਟਰਵਿਊ ਵਿੱਚ ਰਹਿ ਗਈ, ਅਤੇ ਬਸ ਫਿਰ ਹੌਂਸਲਾ ਨਹੀਂ ਹੋ ਰਿਹਾ ਸੀ ਬੱਚੀ ਦਾ ਵੀ ਮੈਂ ਉਹਨੂੰ ਕਰਾਂ ਜਾਂ ਨਾ ਕਰਾਂ। ਸੈਕਿੰਡ ਟਾਈਮ ਚਲੋ ਉਹਦੇ 'ਚ ਫਿਰ ਰਹਿ ਗਿਆ, ਫਿਰ ਅਸੀਂ ਉਹਨੂੰ ਥਰਡ ਅਟੈਂਪਟ ਵਾਸਤੇ ਉਹਨੂੰ ਫਿਰ ਤਿਆਰ ਕਰਿਆ। ਫਿਰ ਉਹਨੇ ਪੂਰੇ ਦਿਲ ਨਾਲ ਆਪਣੇ ਮਤਲਬ ਸਟੱਡੀ ਕੀਤੀ, ਟਾਈਮ ਦਿੱਤਾ ਹਰੇਕ ਚੀਜ਼ ਨੂੰ, ਅਤੇ ਮਤਲਬ ਦਿਨ ਰਾਤ ਇੱਕ ਕਰਤਾ ਉਹਨੇ ਇਸ ਚੀਜ਼ ਵਾਸਤੇ। ਜਦੋਂ ਜ਼ਿੰਦਗੀ ਦੇ ਵਿੱਚ ਕੁਛ ਮੰਜ਼ਿਲ ਹਾਸਲ ਕਰਨੀ ਹੁੰਦੀ ਹੈ ਤਾਂ ਉਹਦੇ ਵਿੱਚ ਮਿਹਨਤ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ, ਪਰ ਉਹ ਮਿਹਨਤਾਂ ਦੇ ਵਿੱਚੋਂ ਨਿਕਲ ਕੇ ਇਨਸਾਨ ਹੈਗਾ ਜਿਹੜਾ ਨਿਖਰਦਾ ਹੈਗਾ। ਪਟਿਆਲੇ ਜ਼ਿਲ੍ਹੇ ਦੇ ਵਿੱਚ UPSC ਦੇ 3 ਬੱਚੇ ਨੇ ਜਿਹੜੇ ਉਹ ਕਲੀਅਰ ਹੁੰਦੇ ਨੇ, ਜਿਸ ਦੇ ਵਿੱਚੋਂ ਇੱਕ ਬੱਚੀ ਸਾਡੇ ਨਾਲ ਮੌਜੂਦ ਆ ਜਿਸਨੇ UPSC ਦੇ ਵਿੱਚ 300ਵਾਂ ਰੈਂਕ ਪ੍ਰਾਪਤ ਕੀਤਾ ਹੈਗਾ, ਉਹਦੇ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ। ਥੈਂਕ ਯੂ ਜੀ, ਥੈਂਕ ਯੂ। ਕਿਵੇਂ ਦਾ ਮਹਿਸੂਸ ਹੋਇਆ ਜਦੋਂ ਰਿਜ਼ਲਟ ਆਇਆ ਕਿ 300 ਰੈਂਕ ਆ ਗਿਆ, ਅਤੇ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਸੀ? ਸਾਰੇ ਬਹੁਤ ਖੁਸ਼, ਸਾਰੇ ਹੀ ਬੜੇ ਖੁਸ਼ ਸੀਗੇ, ਅਤੇ ਸਭ ਨੂੰ ਲੱਗਿਆ ਚਲੋ ਫਾਈਨਲੀ ਮਿਹਨਤ ਰੰਗ ਲਾਈ, ਅਤੇ ਮੈਨੂੰ ਵੀ ਬਹੁਤ ਖੁਸ਼ੀ ਸੀ, ਵੈਰੀ ਐਕਸਟੈਟਿਕ। ਕਿਵੇਂ ਲੱਗਿਆ ਕਿ ਜਿਵੇਂ ਅੱਜ ਕੱਲ੍ਹ ਬੱਚੇ ਸੋਚਦੇ ਨੇ, ਕੋਈ ਕਹਿੰਦਾ ਜਿਵੇਂ ਕੋਈ ਇੰਜੀਨੀਅਰਿੰਗ ਕਰਨੀ ਹੈ, ਕੋਈ ਡਾਕਟਰ ਬਣਨਾ, ਕੋਈ ਟੀਚਰ ਆ, ਜਾਂ ਸੋਚਦਾ ਕੋਈ ਇੱਕ ਸਰਕਾਰੀ ਨੌਕਰੀ ਮਿਲ ਜਾਵੇ ਬਸ ਬਹੁਤ ਹੈ, ਕਿਵੇਂ ਮਨ ਦੇ ਵਿੱਚ ਵਿਚਾਰ ਆਇਆ ਕਿ ਇਸ ਫੀਲਡ ਦੇ ਵਿੱਚ ਜਾਣਾ ਅਤੇ ਇੱਥੇ ਤੱਕ ਪਹੁੰਚਣਾ? ਜੀ ਜੀ ਮੈਂ ਗ੍ਰੈਜੂਏਸ਼ਨ ਵਿੱਚ ਹੀ ਆਪਣੀ ਸੋਚਿਆ ਕਿ ਮੈਂ UPSC ਦਾ ਪੇਪਰ ਦੇਣਾ, ਅਤੇ ਉਸੇ ਵੇਲੇ ਹੀ ਮੈਂ ਆਪਣੀ ਤਿਆਰੀ ਵੀ ਸ਼ੁਰੂ ਕਰਤੀ ਸੀ। ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਆ, ਅਤੇ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਉਹਨਾਂ ਦਾ ਤੁਹਾਨੂੰ ਮਤਲਬ ਮਿਲਿਆ ਹੌਸਲਾ? ਮੇਰੇ ਪੇਰੈਂਟਸ, ਮੰਮੀ ਪਾਪਾ ਦੋਨਾਂ ਨੇ ਮੈਨੂੰ ਬੜਾ ਸਪੋਰਟ ਕੀਤਾ, ਅਤੇ ਮੇਰੇ ਛੋਟਾ ਭਰਾ ਵੀ ਹੈ, ਅਤੇ ਇੱਕ ਛੋਟੀ ਭੈਣ ਵੀ ਹੈ, ਉਹਨਾਂ ਨੇ ਵੀ ਮੈਨੂੰ ਪੂਰਾ ਸਾਥ ਦਿੱਤਾ, ਅਤੇ ਮੇਰੀ ਦਾਦੀ ਹੈ, ਉਹਨਾਂ ਨੇ ਵੀ ਮੈਨੂੰ ਪੂਰਾ ਸਪੋਰਟ ਕੀਤਾ। ਕਿੰਨਾ ਕੁ ਸਮਾਂ ਜਿਹੜਾ ਇੱਕ ਇਸ, ਜੇ ਆਪਾਂ ਤਿਆਰੀ ਦੀ ਗੱਲ ਕਰੀਏ ਤਾਂ ਦੇਣਾ ਪੈਂਦਾ ਹੈਗਾ, ਕਿਉਂਕਿ ਬੱਚੇ ਅੱਜ ਕੱਲ੍ਹ ਦੇਖਦੇ ਹੋ, ਤੁਸੀਂ ਦੇਖਦੇ ਹੋ, ਘੁੰਮਦੇ ਫਿਰਦੇ, ਮੌਜ ਮਸਤੀ ਹੈ, ਕਿਉਂਕਿ ਟਾਈਮ ਇਹੋ ਜਿਹਾ ਹੁੰਦਾ ਹੈਗਾ ਕਿ ਬੰਦਾ ਕਹਿੰਦਾ ਯਾਰ ਘੁੰਮ ਫਿਰ ਲਈਏ, ਇਹੀ ਜ਼ਿੰਦਗੀ ਹੈ, ਫਿਰ ਸਮਾਂ ਪਤਾ ਨਹੀਂ ਮਿਲੇਗਾ ਨਹੀਂ ਮਿਲੇਗਾ। ਮੈਨੂੰ ਲੱਗਦਾ ਕਿ ਤੁਸੀਂ ਬੈਲੈਂਸ ਕਰਨਾ ਬਹੁਤ ਜ਼ਰੂਰੀ ਹੈ, ਪੜ੍ਹਾਈ ਨੂੰ ਵੀ ਅਤੇ ਹੋਰ ਚੀਜ਼ਾਂ ਨੂੰ ਵੀ, ਅਤੇ ਜੇ ਤੁਸੀਂ ਮਿਨੀਮਮ 6-7 ਘੰਟੇ ਦੀ ਸਿਟਿੰਗ ਦਿਓ ਤਾਂ ਦੈਟ ਇਜ਼ ਇਨਫ ਡੇਲੀ ਦੇਣਾ। ਵੀ ਮਤਲਬ ਕਹਿਣ ਦਾ ਮਤਲਬ ਹੈ ਕਿ ਜਿਹੜੀ ਤਿਆਰੀ ਹੈ ਉਹ 6-7 ਘੰਟੇ ਮਿਨੀਮਮ ਜਿਹੜੀ ਦੇਣੀ ਪੈਂਦੀ ਹੈ, ਇਸ ਦੇ ਨਾਲ ਨਾਲ ਕੁਛ ਹੋਰ ਵੀ ਕਰ ਰਹੇ ਸੀ ਤੁਸੀਂ? ਹਾਂਜੀ, ਮੈਂ ਨਾਲ ਹੀ ਆਪਣੀ MA ਕਰ ਰਹੀ ਹਾਂ ਇੰਗਲਿਸ਼ ਵਿੱਚ ਚੰਡੀਗੜ੍ਹ ਤੋਂ। ਅਤੇ ਕਿਵੇਂ ਸਮਾਂ ਕੱਢਦੇ ਸੀਗੇ ਦੋਨਾਂ ਚੀਜ਼ਾਂ ਲਈ ਅਲੱਗ ਅਲੱਗ, ਮਤਲਬ ਜਿਵੇਂ ਤੁਸੀਂ ਕਰ ਰਹੇ? ਮੈਂ ਸਵੇਰੇ ਕਾਲਜ ਤੋਂ ਪਹਿਲਾਂ ਵੀ ਪੜ੍ਹ ਲੈਂਦੀ ਸੀ, ਅਤੇ ਕਾਲਜ ਤੋਂ ਆ ਕੇ ਵੀ, ਅਤੇ ਮੇਰੇ ਟੀਚਰਸ ਵੀ ਕਾਫੀ ਸਪੋਰਟਿਵ ਸੀ ਕਾਲਜ ਵਿੱਚ, ਤਾਂ ਉਹਨਾਂ ਨੇ ਵੀ ਮੈਨੂੰ ਜਿਹੜੀ ਛੁੱਟੀ ਵਗੈਰਾ ਵੀ ਲੈਣੀ ਹੋ ਤਾਂ ਉਹਨਾਂ ਲਈ ਵੀ ਉਹਨਾਂ ਨੇ ਕੁਛ ਖਾਸ ਨਹੀਂ ਕਿਹਾ, ਉਹ ਕਹਿੰਦੇ ਕਿ ਤੁਸੀਂ ਵੀ ਆਪਣੀ ਕਰੋ ਤਿਆਰੀ, ਦੇ ਵਰ ਵੈਰੀ ਸਪੋਰਟਿਵ। ਜਿਵੇਂ ਤੁਸੀਂ ਦੱਸਿਆ ਸੀਗੇ ਕਿ 2 ਅਟੈਂਪਟ ਪਹਿਲਾਂ ਵੀ ਕੀਤੇ ਹੈਗੇ ਨੇ, ਉਸ ਤੋਂ ਬਾਅਦ ਇੱਕ ਮਾਯੂਸੀ ਤਾਂ ਨਹੀਂ ਆਈ ਮਨ ਦੇ ਵਿੱਚ, ਜਾਂ ਕੋਈ ਇਸ ਤਰ੍ਹਾਂ ਦਾ ਨਹੀਂ ਲੱਗਿਆ ਕਿ ਯਾਰ ਕਲੀਅਰ ਹੋ ਪਾਏਗਾ ਜਾਂ ਨਹੀਂ ਹੋ ਪਾਏਗਾ, ਕਿ ਦੁਬਾਰਾ ਫਿਰ ਤਿਆਰੀ ਤੁਸੀਂ ਸ਼ੁਰੂ ਕੀਤੀ, ਕਿਸ ਤਰ੍ਹਾਂ ਦਾ ਉਸ ਟਾਈਮ ਲੱਗਿਆ ਜੀ? ਇੱਕ ਵਾਰੀ ਤਾਂ ਲੱਗਿਆ ਕਿ ਵੀ ਇੱਕ ਵਾਰੀ ਤਾਂ ਮਨ ਜਿਹਾ ਹੋਇਆ, ਦੁਖਿਆ ਸੀ, ਪਰ ਮੈਂ ਫਿਰ ਇਹੀ ਸੋਚਿਆ, ਮੇਰੇ ਪੇਰੈਂਟਸ ਨੇ ਵੀ ਮੈਨੂੰ ਇਹ ਕਿਹਾ ਜੇ ਤੁਸੀਂ ਇੱਥੇ ਤੱਕ ਆ ਗਏ ਹੋ ਤਾਂ ਫਿਰ ਤੁਸੀਂ ਹੋਰ ਅੱਗੇ ਵੀ ਜਾ ਹੀ ਸਕਦੇ ਹੋ। ਪਰਿਵਾਰ ਦੇ ਵਿੱਚ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਨੇ, ਬਹੁਤ ਬਹੁਤ ਮੁਬਾਰਕਾਂ ਜੀ ਪਹਿਲਾਂ ਤੁਹਾਨੂੰ। ਥੈਂਕ ਯੂ ਜੀ, ਬਹੁਤ ਬਹੁਤ।
ਲੱਗਿਆ ਸੀਗਾ ਕਿ ਬੱਚੀ ਜਿਹੜੀ ਹੈਗੀ ਹੈ ਇਸ ਮੁਕਾਮ ਤੱਕ ਪਹੁੰਚ ਜਾਏਗੀ, ਕਿਉਂਕਿ ਜਿਵੇਂ ਮਿਹਨਤ ਦੀ ਗੱਲ ਕਰੀਏ ਅੱਜ ਕੱਲ੍ਹ ਜਿਵੇਂ ਪੇਰੈਂਟਸ ਕਰਾਉਂਦੇ ਆ ਸਿਰਫ ਇੰਨੇ 'ਤੇ ਖੁਸ਼ ਹੋ ਜਾਂਦੇ ਨੇ ਕਿ ਇੱਕ ਛੋਟੀ ਜਿਹੀ ਨੌਕਰੀ ਮਿਲ ਜਾਏ ਤਾਂ ਬਹੁਤ ਹੈ। ਤਾਂ ਅੱਜ ਕੱਲ੍ਹ ਦਾ ਮਤਲਬ ਜਿਹੜੇ ਬੱਚੇ ਨੇ ਉਹ ਗੱਲ ਜੇ ਕੋਈ ਵੀ ਕਿਸੇ ਕੰਮ ਸਟਾਰਟ ਕਰ ਲਈਏ ਤਾਂ ਉਹ ਇਹ ਸੋਚਦੇ ਨੇ ਕਿ ਯਾਰ ਬਸ ਸਿਰਫ ਘੁੰਮਣਾ ਫਿਰਨਾ ਮੌਜ ਮਸਤੀ ਕਰਨਾ ਹੀ ਜਿਹੜਾ ਜ਼ਰੂਰ ਮਤਲਬ ਹੈਗਾ ਅੱਜ ਦੀ ਲਾਈਫ ਦੇ ਵਿੱਚ, ਹੋਰ ਕੁਛ ਨਹੀਂ ਹੈ, ਕਿਉਂਕਿ ਰੀਲਸ ਬਣਾ ਲਈਆਂ ਫੇਸਬੁੱਕ 'ਤੇ ਬੈਠੇ ਰਹੇ ਸਾਰਾ ਦਿਨ ਟਾਈਮ ਪਾਸ। ਨਹੀਂ ਨਹੀਂ ਇਹ ਇਹੋ ਜਿਹਾ ਨਹੀਂ ਸਿਸਟਮ ਵੀ ਤਾਂ ਹੈਗਾ, ਇਹ ਮਤਲਬ ਬਹੁਤ ਅੱਛਾ ਡਿਜ਼ਰਵ ਕਰਦੀ ਆ ਜਾਂ ਇਹ ਛੋਟੀ ਜਿਹੀ ਨੌਕਰੀ ਕਰ ਲਈ ਆ ਉਹਦੇ ਵਿੱਚ ਅਸੀਂ ਸੈਟਿਸਫਾਈਡ ਨਹੀਂ ਹੁੰਦੇ ਸੀ ਵੀ ਨਹੀਂ, ਕਿਉਂਕਿ ਇਹਦਾ ਲੈਵਲ ਕਾਫੀ ਅਪ ਸੀਗਾ ਔਰ ਉਸਨੇ ਇਸ ਲੈਵਲ ਨੂੰ ਪੂਰਾ ਕਰਿਆ ਹੈਗਾ। ਕਿਉਂਕਿ ਤੁਹਾਡੀ ਵੀ ਮਿਹਨਤ ਨਾਲ ਹੀ ਚੱਲਦੀ ਸੀ, ਕਿਉਂਕਿ ਜਿਵੇਂ ਪੜ੍ਹਦੇ ਸੀਗੇ ਤਾਂ ਤੁਹਾਡਾ ਵੀ ਸਾਥ ਜ਼ਰੂਰੀ ਸੀਗਾ, ਤਾਂ ਕਿੰਨਾ ਕੁ ਸਮਾਂ ਤੁਹਾਨੂੰ ਲੱਗਦਾ ਸੀਗਾ ਵੀ ਮਤਲਬ ਇਹਨਾਂ ਨੂੰ ਦੇਣਾ ਪੈਂਦਾ ਸੀ ਮਤਲਬ ਬੱਚਿਆਂ? ਇਹ ਦਿੰਦੀ ਸੀ 7-8 ਘੰਟੇ ਡੇਲੀ ਆਪਣਾ ਬੈਠ ਜਾਣਾ ਰੂਮ 'ਤੇ, ਬਸ ਅਸੀਂ ਇਹੀ ਕਹਿੰਦੇ ਸੀ ਵੀ ਕੋਈ ਇਹਨੂੰ ਡਿਸਟਰਬ ਨਾ ਕਰੇ, ਕੋਈ ਇਹਦੇ ਰੂਮ 'ਚ ਨਾ ਜਾਵੇ, ਬਸ ਇੰਨੇ ਸਾਡੇ ਵੱਲੋਂ ਇਹ ਹੁੰਦਾ ਸੀਗਾ। ਹੋਰ ਵੀ ਬੱਚੇ ਨੇ, ਦੋ ਬੱਚੇ ਤੁਹਾਡੇ ਹੋਰ ਨੇ, ਕੀ ਉਹ ਦੇਖ ਕੇ ਮਤਲਬ ਕਹਿ ਰਹੇ ਨੇ ਕਿ ਹੁਣ ਜਿਵੇਂ ਰਿਜ਼ਲਟ ਆਇਆ ਹੈਗਾ ਕਿ ਅਸੀਂ ਵੀ ਮਤਲਬ ਇਸ ਤਰ੍ਹਾਂ ਤਿਆਰੀਆਂ ਜਿਹੜੀ ਸ਼ੁਰੂ ਕਰਨਗੇ ਜਾਂ ਮਤਲਬ ਤੁਸੀਂ ਲੱਗੋਗੇ ਬੱਚੇ? ਉਹਨਾਂ ਨੂੰ ਇਹੀ ਸਮਝਾਉਂਦੇ ਆ ਵੀ ਤੁਸੀਂ ਜ਼ਰੂਰੀ ਨਹੀਂ ਹੈ ਕਿ UPSC ਕਰੋ, ਕਿਉਂਕਿ ਜੋ ਤੁਸੀਂ ਕਰਨਾ ਬਸ ਉਹ ਮਤਲਬ ਉਹਨੂੰ ਦਿਲ ਨਾਲ ਕਰੋ, ਜਿਹੜੀ ਵੀ ਲਾਈਨ ਤੁਸੀਂ ਪਕੜਨੀ ਹੈਗੀ ਹੈ। ਸੋ ਉਹਨਾਂ ਦੇ ਫਾਦਰ ਵੀ ਮੌਜੂਦ ਨੇ, ਪੇਸ਼ੇ ਤੋਂ ਫੋਟੋਗ੍ਰਾਫਰ ਨੇ, ਆਪਣਾ ਸਟੂਡੀਓ ਚਲਾਉਂਦੇ ਨੇ, ਲੰਬੇ ਸਮੇਂ ਤੋਂ ਇਹ ਕੰਮ ਕਰ ਰਹੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਰ ਮੁਬਾਰਕਾਂ ਜੀ। ਥੈਂਕ ਯੂ ਜੀ। ਸਰ ਕਿਵੇਂ ਦਾ ਮਹਿਸੂਸ ਹੋਇਆ ਸੀਗਾ ਜਦੋਂ ਬੇਟੀ ਦਾ ਪਹਿਲਾ ਅਟੈਂਪਟ ਹੋਇਆ ਸੀਗਾ, ਉਹਦੇ ਵਿੱਚ ਨਹੀਂ ਕਲੀਅਰ ਹੋਇਆ, ਸੈਕਿੰਡ ਨਹੀਂ ਹੋਇਆ ਹੈਗਾ, ਥਰਡ ਹੋਇਆ ਹੈਗਾ, ਪਹਿਲੀ ਵਾਰ ਦਾ ਕੀ ਮਾਹੌਲ ਪਹਿਲਾਂ ਮਾਂ ਖਿੱਚੀ ਮਾਂ ਸੀਗਾ? ਪਹਿਲੀ ਵਾਰ ਜਦੋਂ ਇਹਦਾ ਅਟੈਂਪਟ ਮਤਲਬ ਦੋ ਪ੍ਰੋਸੈਸ ਇਹਦੇ ਕਲੀਅਰ ਹੋ ਗਏ ਸੀਗੇ, ਤਾਂ ਸਾਨੂੰ ਬੜਾ ਹੌਂਸਲਾ ਹੋ ਗਿਆ ਵੀ ਇਹ ਤਾਂ ਬਹੁਤ ਈਜ਼ੀ ਹੈਗਾ ਵੀ ਇਹਨੂੰ ਤਾਂ ਮਿਲ ਹੀ ਜਾਵੇਗੀ ਅਚੀਵਮੈਂਟ। ਬਟ ਜਦੋਂ ਇਹਦਾ ਇੰਟਰਵਿਊ 'ਚ ਰਹਿ ਗਈ ਤਾਂ ਫਿਰ ਇਹਦਾ ਨੈਕਸਟ ਅਟੈਂਪਟ ਵੀ ਨਾਲ ਦੀ ਨਾਲ ਸਟਾਰਟ ਹੋ ਗਿਆ ਸੀਗਾ, ਅਤੇ ਬਸ ਫਿਰ ਹੌਂਸਲਾ ਨਹੀਂ ਹੋ ਰਿਹਾ ਸੀ ਬੱਚੀ ਦਾ ਵੀ ਮੈਂ ਉਹਨੂੰ ਕਰਾਂ ਜਾਂ ਨਾ ਕਰਾਂ। ਫਿਰ ਅਸੀਂ ਕਿਹਾ ਕੋਈ ਨਹੀਂ, ਹੁਣ ਜੇ ਕਰਿਆ ਤਾਂ ਤੁਸੀਂ ਕਰੋ, ਕੋਸ਼ਿਸ਼ ਆਪਾਂ ਕਰਨੀ ਹੈ, ਜੇ ਅਸੀਂ ਕੋਈ ਲਾਈਨ ਅਲੱਗ ਹੀ ਚੁਣੀ ਹੈ ਤਾਂ ਆਪਾਂ ਉਸ ਨੂੰ ਛੱਡ ਨਹੀਂ ਸਕਦੇ ਹੈਗੇ। ਅਤੇ ਚਲੋ ਬੱਚਾ ਥੋੜ੍ਹਾ ਮਾਨੇ 'ਚ ਉਹਦੇ ਆਉਂਦੇ ਸੀ ਵਿਚਾਰ, ਬਟ ਉਹਨੇ ਫਿਰ ਦੁਬਾਰਾ ਦਿੱਤਾ ਸੈਕਿੰਡ ਟਾਈਮ, ਚਲੋ ਉਹਦੇ 'ਚ ਫਿਰ ਰਹਿ ਗਿਆ ਕਿਉਂਕਿ ਸਾਡੇ ਕੋਲ ਉਹਦੇ 'ਚ ਇੰਨਾ ਟਾਈਮ ਹੀ ਨਹੀਂ ਸੀਗਾ ਕਿ ਅਸੀਂ ਉਹਨੂੰ ਦੁਬਾਰਾ ਪ੍ਰੀਪੇਅਰ ਕਰੀਏ। ਫਿਰ ਅਸੀਂ ਉਹਨੂੰ ਥਰਡ ਅਟੈਂਪਟ ਵਾਸਤੇ ਉਹਨੂੰ ਫਿਰ ਤਿਆਰ ਕਰਿਆ, ਫਿਰ ਉਹਨੇ ਪੂਰੇ ਦਿਲ ਨਾਲ ਆਪਣੇ ਮਤਲਬ ਸਟੱਡੀ ਕੀਤੀ, ਟਾਈਮ ਦਿੱਤਾ ਹਰੇਕ ਚੀਜ਼ ਨੂੰ, ਅਤੇ ਮਤਲਬ ਦਿਨ ਰਾਤ ਇੱਕ ਕਰਤਾ ਉਹਨੇ ਇਸ ਚੀਜ਼ ਵਾਸਤੇ, ਅਤੇ ਫਿਰ ਉਹਨੂੰ ਇਸ ਚੀਜ਼ ਦੀ ਅਚੀਵਮੈਂਟ ਮਿਲੀ, ਮਤਲਬ ਬਹੁਤ ਖੁਸ਼ੀ ਮਹਿਸੂਸ ਹੋਈ ਸਾਨੂੰ। ਰਿਸ਼ਤੇਦਾਰ, ਦੋਸਤ, ਗੁਆਂਢੀਆਂ ਦਾ ਫੋਨ ਆ ਰਹੇ ਨੇ, ਕਹਿ ਰਹੇ ਹੋਣਗੇ ਕਿ ਇਸ ਤਰ੍ਹਾਂ ਜਿਹੜੀ ਚੀਜ਼? ਬਿਲਕੁਲ ਜੀ, ਇਹ ਤਾਂ ਹੁਣ ਤੱਕ ਵੀ ਫੋਨ ਆ ਹੀ ਜਾ ਰਹੇ ਨੇ, ਬਾਹਰੋਂ ਤੱਕ ਜਿਹੜੇ ਸਾਡੇ ਫਰੈਂਡ ਗਏ ਨੇ ਉਹ ਵੀ ਬੜੇ ਖੁਸ਼ ਹੋ ਰਹੇ ਨੇ ਵੀ ਤੁਹਾਡੇ ਬੱਚੇ ਨੇ ਇੱਕ ਬਹੁਤ ਵੱਡਾ ਹਾਸਿਲ ਕਰਿਆ ਜਿਹੜਾ ਮੁਕਾਮ, ਅਤੇ ਮਤਲਬ ਬਹੁਤ ਖੁਸ਼ ਨੇ ਉਹ। ਤੁਸੀਂ ਇੱਕ ਬਹੁਤ ਵੱਡੀ ਐਗਜ਼ਾਮਪਲ ਸੈੱਟ ਕੀਤੀ ਹੈ, ਕਿਉਂਕਿ ਜਿਹੜੇ ਅੱਜ ਕੱਲ੍ਹ ਦੀ ਨੌਜਵਾਨੀ ਹੈ ਉਹ ਬਾਹਰ ਜਾ ਰਹੀ ਹੈ, ਉਹ ਕਹਿ ਰਹੀ ਹੈ ਇੱਥੇ ਕੁਛ ਨਹੀਂ ਹੈਗਾ, ਅਸੀਂ ਬਾਹਰ ਜਾ ਕੇ ਸੈੱਟ ਹੋ ਪਾਵਾਂਗੇ, ਉਹਨਾਂ ਲਈ ਕੀ ਕਹਿਣਾ ਚਾਹੋਗੇ? ਆਈ ਵੁੱਡ ਸੇ ਕਿ ਲਾਈਕ ਮੀ ਤੁਹਾਨੂੰ ਵੀ ਆਪਣੇ ਦੇਸ਼ ਦੇ ਲਈ ਕੁਛ ਕਰਨਾ ਚਾਹੀਦਾ, ਐਂਡ ਯੂ ਸ਼ੁੱਡ ਗਿਵ ਬੈਕ ਟੂ ਦਾ ਕੰਟਰੀ, ਐਂਡ ਇੱਥੇ ਹੀ ਰਹਿ ਕੇ ਮਿਹਨਤ ਕਰੋ ਤਾਂ ਇੱਥੇ ਵੀ ਬਹੁਤ ਕੁਛ ਹੋ ਸਕਦਾ। ਤੁਹਾਡਾ ਜਦੋਂ ਤੁਸੀਂ ਸ਼ੁਰੂਆਤੀ ਦੌਰ ਦੇ ਵਿੱਚ ਤੁਸੀਂ ਕਿਹਾ ਕਿ ਪਹਿਲਾਂ ਤੁਸੀਂ ਬਾਹਰ ਜਾਣਾ ਚਾਹੁੰਦੇ ਸੀਗੇ, ਉਸ ਤੋਂ ਬਾਅਦ ਫਿਰ ਗ੍ਰੈਜੂਏਸ਼ਨ ਦੇ ਵਿੱਚ ਮਨ ਬਣਾਇਆ ਕਿ ਆਪਾਂ ਇੱਥੇ ਹੀ ਰਹਿ ਕੇ ਕੁਛ ਕਰਾਂਗੇ, ਲੱਗਦਾ ਸੀਗਾ ਕਿ ਜਿਹੜਾ ਇਹ ਸੁਪਨਾ ਜਿਹੜਾ ਹੈਗਾ ਇਹ ਪੂਰਾ ਹੋ ਜਾਏਗਾ ਉਸ ਟਾਈਮ? ਮੈਂ ਪਹਿਲਾਂ ਇਹ ਸੋਚਿਆ ਸੀ, ਪਹਿਲਾਂ ਆਪਾਂ ਵੇਖੀਏ, ਟਰਾਈ ਤਾਂ ਕਰੀਏ ਕਿ ਪਤਾ ਤਾਂ ਚੱਲੇ ਕੀ ਹੋ ਸਕਦਾ, ਤਾਂ ਫਿਰ ਗ੍ਰੈਜੂਅਲੀ ਸਟੱਡੀ ਕਰਕੇ ਮੈਨੂੰ ਲੱਗਿਆ ਕਿ ਹਾਂ ਦਿਸ ਇਜ਼ ਸਮਥਿੰਗ ਦੈਟ ਆਈ ਕੈਨ ਡੂ ਐਂਡ ਆਈ ਵਿਲ ਕਲੀਅਰ ਇਟ, ਐਂਡ ਇਵੈਂਚੁਅਲੀ ਆਈ ਡਿਡ ਇਟ। ਮਤਲਬ ਜਿਹੜਾ ਸੁਪਨਾ ਦੇਖਿਆ ਸੀ ਉਹ ਪੂਰਾ ਹੋ ਗਿਆ? ਹਾਂਜੀ। ਥੈਂਕ ਯੂ। ਥੈਂਕ ਯੂ। ਸੋ ਜਿਵੇਂ ਇਹਨਾਂ ਨੇ ਕਿਹਾ ਕਿ ਜੋ ਬੱਚੇ ਸੁਪਨਾ ਦੇਖਦੇ ਨੇ ਜਿਹੜੀਆਂ ਮੰਜ਼ਿਲਾਂ 'ਤੇ ਪਹੁੰਚਣ ਲਈ ਉਹ ਕੰਮ ਕਰਦੇ ਨੇ ਤਾਂ ਉਹ ਮੰਜ਼ਿਲਾਂ ਜ਼ਰੂਰ ਮਿਲਦੀਆਂ ਨੇ, ਅਗਰ ਇਮਾਨਦਾਰੀ ਅਤੇ ਲਗਨ ਦੇ ਨਾਲ ਉਸ ਮੰਜ਼ਿਲਾਂ ਦੇ ਉੱਪਰ ਆਪਾਂ ਮਿਹਨਤ ਕਰਦੇ ਹਾਂ।
ਕੈਮਰਾਮੈਨ ਸੰਦੀਪ ਦੇ ਨਾਲ ਲਿਵਿੰਗ ਇੰਡੀਆ ਨਿਊਜ਼ ਲਈ ਪਟਿਆਲਾ ਤੋਂ ਕਰਨਵੀਰ ਸਿੰਘ ਰੰਧਾਵਾ ਦੀ ਵਿਸ਼ੇਸ਼ ਰਿਪੋਰਟ।